लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। जाने ही गीत है, लोग जाने ही गीत है। वाहिगुरु जी का खालसा, वाहिगुरु जी की फतेह। अंग है 365, आसा महला चौथा, घर दूजा एक ओंकार। सतगुर प्रसाद तू करता सचार, मैडा साई। आसा महला चौथा, घर दूजा एक ओंकार, सतगुर प्रसाद तू करता सचार, मैडा साई। करता सचार मैडा साई, जो तो पावे सोई थीसी, जो तू देह सोई हो पाई, रहाओ रहाओ सब तेरी तू सबनी त्याया, तेरी तू सबनी त्याया, जिसनु कृपा करें तिन नाम रतन पाया, जिसनु कृपा करें तिन नाम रतन पाया, गुरमुख लादा मनमुख गवाया, गवाया तुद आप विछोड़िया आप मिलाया, तुद आप विछोड़िया आप मिलाया, तू दरियाओ सब तुझ ही माहे, दरियाओ सब तुझ ही माहे, तुझ बिन दूजा कोई नाहे, तुझ बिन दूजा कोई नाहे, जंत सब तेरा खेल, जंत सब तेरा खेल, योग मिल बिछड़िया संजोगी मेल, योग मिल बिछड़िया संजोगी मेल, तू जना है सोई जन जाने, जिसनु तू जाना है सोई जन जाने, हर गुण सद ही आख बखाने, हर गुण सद ही आख बखाने, तिन हर सेव्या तिन सुख पाया, तिन हर सेव्या तिन सुख पाया, जे ही हर नाम समाया, जे ही हर नाम समाया,
ਫਰਮਾਇਆ ਆਪੇ ਕਰਤਾ ਤੇਰਾ ਕੀਆ ਸਭ ਹੋਏ ਆਪੇ ਕਰਤਾ ਤੇਰਾ ਕੀਆ ਸਭ ਹੋਏ ਬਿਨ ਦੂਜਾ ਅਵਰ ਨਾ ਕੋਏ ਬਿਨ ਦੂਜਾ ਅਵਰ ਨਾ ਕੋਏ ਕਰ ਕਰ ਵੇਖੈ ਜਾਣੈ ਸੋਏ ਕਰ ਕਰ ਵੇਖੈ ਜਾਣੈ ਸੋਏ ਨਾਨਕ ਗੁਰਮੁਖ ਪ੍ਰਗਟ ਹੋਏ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹਰ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹਾਂ ਕਿ ਪਰਮਾਤਮਾ ਇੱਕ ਹੈ, ਇੱਕ ਰਸ ਹੈ, ਸਰਵ ਵਿਆਪਕ ਹੈ, ਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ। ਮਹਾਰਾਜ ਆਰੰਭ ਕਰਦੇ ਨੇ ਮੰਗਲਾਚਾਰ, ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋਂ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ। ਮਹਾਰਾਜ ਪਰਮਾਤਮਾ ਨੂੰ ਸੰਬੋਧਨ ਹੋ ਕੇ ਹੇ ਸੱਚੇ ਪਾਤਸ਼ਾਹ ਜੀਓ, ਹੇ ਪ੍ਰਭੂ ਜੀਓ, ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਤੇ ਦੂਜੀ ਗੱਲ ਸਚਿਆਰ ਹੈ, ਸੱਚ ਨਾਲ ਭਰਿਆ ਪੂਰਾ ਹੈ, ਕਿਉਂਕਿ ਸਚਿਆਰ ਬਣ ਕੇ ਹੀ ਉਹ ਸੱਚ ਨੂੰ ਪਾਇਆ ਜਾਂਦਾ ਨਾ। ਮਹਾਰਾਜ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਕਿਉਂਕਿ ਕੂੜ ਤੋਂ ਭਰਿਆ, ਤੂੰ ਸੱਚ ਨਾਲ ਲਬਾ ਲਬ ਭਰਿਆ ਹੋਇਆ। ਤੇ ਨਾਲ ਮਗਨੇ ਮੈਡਾ ਸਾਈ, ਤੂੰ ਮੇਰਾ ਸਾਈ ਹੈ, ਮੇਰਾ ਮਾਲਕ ਹੈ। ਜੋ ਤੋ ਭਾਵੈ ਸੋਈ ਥੀਸੀ, ਹੇ ਪ੍ਰਭੂ ਜੀ ਜੋ ਤੁਹਾਨੂੰ ਭਾਉਂਦਾ ਨਾ ਉਹ ਹੀ ਹੋਏਗਾ, ਥੀਸੀ ਦਾ ਭਾਵ ਹੈ ਹੋਏਗਾ। ਜੋ ਤੂੰ ਦੇ ਸੋਈ ਹੋ ਪਾਈ, ਹੇ ਪ੍ਰਭੂ ਜੀ ਜੋ ਤੁਸੀਂ ਸਾਨੂੰ ਦਿੰਦੇ ਹੋ ਅਸੀਂ ਉਹ ਹੀ ਪ੍ਰਾਪਤ ਕਰਦੇ ਹਾਂ। ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦੇ, ਤੁਸੀਂ ਜੋ ਦਿੰਦੇ ਹੋ ਉਹ ਹੀ ਮਿਲਦਾ ਹੈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਹੇ ਪ੍ਰਭੂ ਜੀਓ ਸਭ ਤੇਰੀ, ਇਹ ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨੀ ਧਿਆਇਆ, ਸਾਰੇ ਹੀ ਤੈਨੂੰ ਧਿਆਉਂਦੇ ਨੇ, ਧਿਆ ਰਹੇ ਨੇ, ਜਿਸ ਨੂੰ ਕਿਰਪਾ ਕਰੈ, ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ, ਜਿਨ੍ਹਾਂ ਉੱਤੇ, ਕਿਉਂਕਿ ਧਿਆਉਂਦੇ ਤੈਨੂੰ ਸਾਰੇ ਹੀ ਨੇ, ਸਾਰੀ ਸ੍ਰਿਸ਼ਟੀ ਹੋਈ ਹੈ, ਪਰ ਜਿਨ੍ਹਾਂ ਉੱਤੇ ਤੇਰੀ ਕਿਰਪਾ ਹੈ। ਤਿੰਨ ਨਾਮ ਰਤਨ ਪਾਇਆ, ਉਹਨਾਂ ਨੇ ਨਾਮ ਰੂਪੀ ਰਤਨ ਨੂੰ, ਜਿਹੜਾ ਕਿ ਬੜਾ ਮਹਿੰਗਾ ਹੈ, ਉਸ ਵਸਤੂ ਨੂੰ ਪ੍ਰਾਪਤ ਕਰ ਲਿਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਚੱਲੇ ਗੁਰਮੁਖ, ਉਹਨਾਂ ਨੇ ਤੇ ਲੱਭ ਲਿਆ, ਤੇ ਮਨਮੁਖ ਗਵਾਇਆ, ਤੇ ਮਨਮੁੱਖਾਂ ਨੇ ਮਨ ਦੇ ਪਿੱਛੇ ਲੱਗ ਕੇ ਮਨੁੱਖਾ ਜਨਮ ਲੈ ਕੇ ਵੀ ਗਵਾ ਬੈਠੇ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਹੇ ਪ੍ਰਭੂ ਵਿਛੋੜਿਆ ਵੀ ਤੂੰ ਆਪ ਸੀ ਤੇ ਮਿਲਾਉਣ ਵਾਲਾ ਵੀ ਆਪ ਹੈ। ਸਾਡੇ ਬਸ ਵਿੱਚ ਕੁਝ ਨਹੀਂ ਇਹਦੇ ਵਿੱਚ ਕਿ ਅਸੀਂ ਮਿਲ ਸਕਦੇ ਜਾਂ ਵਿਛੜ ਜਾਂਦੇ। ਕਹਿੰਦੇ ਨਹੀਂ, ਤੂੰ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਹੇ ਪ੍ਰਭੂ ਜੀ ਤੁਸੀਂ ਦਰਿਆਓ, ਵਗਦਾ ਦਰਿਆ, ਕਿਉਂਕਿ ਜਿਹੜਾ ਦਰਿਆ ਸ਼ਬਦ ਵਰਤਿਆ ਇਹ ਸਮੁੰਦਰ ਨਾਲੋਂ ਵੀ ਡੂੰਘਾਈ ਦੀ ਗੱਲ ਕਰਦੇ ਨੇ। ਆਮ ਆਪਾਂ ਕਹਾਵਤ ਪੜ੍ਹਦੇ ਹਾਂ ਪੰਜਾਬੀ ਦੀ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ,
ਕੌਣ ਦਿਲਾਂ ਦੀਆਂ ਜਾਣੇ। ਹੇ ਪ੍ਰਭੂ ਤੂੰ ਬਹੁਤ ਡੂੰਘਾ ਹੈ, ਬਹੁਤ ਡੂੰਘਾ ਹੈ ਦਰਿਆਓ, ਸਭ ਕੁਝ ਤੇਰੇ ਵਿੱਚ ਹੀ ਸਮਾਇਆ ਹੋਇਆ। ਇਹ ਸੰਸਾਰ ਜੋ ਨਜ਼ਰ ਆਉਂਦਾ ਨਾ ਸਾਰਾ ਵੱਡਾ, ਇਹ ਬ੍ਰਹਿਮੰਡ, ਇਹ ਪੂਰਾ ਦਾ ਪੂਰਾ ਬ੍ਰਹਿਮੰਡ ਤੇਰੇ 'ਚ ਹੀ ਸਮਾਇਆ ਹੋਇਆ। ਤੁਝ ਬਿਨ ਦੂਜਾ ਕੋਈ ਨਾ ਹੈ, ਤੇਰੇ ਤੋਂ ਬਿਨਾਂ ਹੋਰ ਦੂਜਾ ਹੈ ਹੀ ਨਹੀਂ, ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ। ਜੀ ਜੰਤ ਸਭ ਤੇਰਾ ਖੇਲ, ਇਹ ਜਿੰਨੇ ਜੀ ਜੰਤ ਨੇ ਇਹ ਸਾਰੀ ਇੱਕ ਤੇਰੀ ਖੇਡ ਬਣਾਈ ਹੋਈ ਹੈ। ਇਹ ਜਿੰਨੇ ਜੀਵ ਨੇ, ਇਹ ਜੰਤੂ ਨੇ, ਕਿਉਂਕਿ ਮਾਇਆ ਸਾਰੀ, ਆਵਣ ਜਾਣ ਇੱਕ ਖੇਡ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਇਹਨਾਂ ਜੰਤਾਂ ਦੇ ਬਸ ਵਿੱਚ ਕੁਝ ਨਹੀਂ, ਉਹ ਮਿਲਦੇ ਨੇ, ਵਿਛੜਦੇ ਨੇ। ਮਿਲਾਉਣ ਵਾਲਾ ਵੀ ਤੂੰ ਹੈ, ਵਿਛੋੜਨ ਵਾਲਾ ਵੀ ਤੂੰ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਮਗਰ ਤੈਥੋਂ ਵਿਛੜੇ, ਮਿਲੇ, ਫਿਰ ਵਿਛੜਿਆ, ਫਿਰ ਕਿਤੇ ਸੰਯੋਗ ਹੋਇਆ, ਫਿਰ ਆ ਮਿਲੇ। ਕਿਉਂਕਿ ਸੰਯੋਗ ਵਿਯੋਗ ਦੁਇਕਾਰ ਚਲਾਵੈ ਲੇਖੇ ਆਵੈ ਭਾਗ, ਸਾਡੇ ਭਾਗ, ਸਾਡੇ ਕਰਮ, ਸਾਡੇ ਲੇਖੇ ਆਉਂਦੇ ਨੇ, ਉਹ ਮਿਲਦਾ ਚੰਗਿਆਂ ਨਾਲ, ਮਾੜਿਆਂ ਨਾਲ, ਸਾਡੇ ਕੀਤੇ ਹੋਏ ਕਰਮਾਂ ਨਾਲ। ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਕੋਈ ਭਾਗ ਚੰਗੇ ਸਨ, ਕੋਈ ਕਰਮ ਚੰਗੇ ਸਨ, ਕੋਈ ਪਿਛਲਾ ਕਰਮ ਉੱਠਿਆ, ਅਸੀਂ ਸੰਗਤ ਵਿੱਚ ਆਏ, ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੋਏ। ਹੋ ਸਕਦਾ ਪਹਿਲਾਂ ਵੀ ਅਸੀਂ ਮਿਲੇ ਹੋਈਏ ਉਹਨਾਂ ਨੂੰ ਕਿਤੇ, ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ, ਹੋ ਸਕਦਾ ਅਸੀਂ ਵੀ ਉਹਨਾਂ ਦੇ ਟਾਈਮ ਹੋਈਏ, ਉਦੋਂ ਵੀ ਕਿਤੇ ਕੀਤੇ ਕਰਮਾਂ ਕਰਕੇ ਫਿਰ ਵਿਛੜ ਗਏ। ਇੱਥੇ ਹੁਣ ਮਹਾਰਾਜ ਕਹਿੰਦੇ ਨੇ ਕਿ ਇਹ ਸਾਰਾ ਕੁਝ ਤੇਰਾ ਖੇਡ ਹੈ, ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਜਾਣਾ, ਜਿਹਨੂੰ ਤੂੰ ਸਮਝਾ ਦੇਵੇਂ ਜਾਣਾ ਦੇਵੇਂ। ਇਹਨਾਂ ਇਹ ਗੱਲਾਂ ਨੂੰ, ਇਹ ਆਤਮਕ ਅਧਿਆਤਮਕ ਗੱਲਾਂ ਨੂੰ, ਇਹ ਅੰਦਰ ਦੀਆਂ ਗੱਲਾਂ ਨੂੰ ਉਹ ਹੀ ਜਾਣ ਸਕਦੇ ਨੇ, ਦੂਜਾ ਨਹੀਂ ਜਾਣ ਸਕਦਾ ਕੋਈ। ਹਰ ਗੁਣ ਸਦ ਹੀ ਆਖ ਵਖਾਣਾ, ਉਹ ਸਦਾ ਹਮੇਸ਼ਾ ਹੀ ਹਰੀ ਦੇ ਗੁਣਾਂ ਨੂੰ ਫਿਰ ਵਿਖਿਆਨ ਕਰਦਾ, ਜਿਹਨਾਂ ਨੂੰ ਤੂੰ ਸਮਝਾ ਦਿੰਦਾ, ਜਿਹਨਾਂ ਨੂੰ ਤੂੰ ਜਣਾ ਦਿੰਦਾ, ਉਹ ਫਿਰ ਪਰਮਾਤਮਾ ਦੇ ਗੁਣਾਂ ਨੂੰ ਵਿਖਿਆਨ ਕਰਦੇ ਨੇ, ਯਾਦ ਕਰਦੇ ਨੇ, ਸਿਮਰਦੇ ਰਹਿੰਦੇ ਨੇ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਨ੍ਹਾਂ ਨੇ ਇਸ ਤਰ੍ਹਾਂ ਹਰੀ ਨੂੰ ਸਿਮਰਿਆ ਅਤੇ ਮਾਇਕ ਨੇ ਉਹਨਾਂ ਨੇ ਸੁੱਖ ਪ੍ਰਾਪਤ ਕੀਤਾ, ਉਹ ਸਹਿਜੇ ਹੀ ਸਿਮਰਦੇ ਸਿਮਰਦੇ ਉਸ ਪ੍ਰਭੂ ਵਿੱਚ ਜਾ ਸਮਾਏ। ਸਹਿਜੇ ਸੁਭਾਵਿਕ ਹੀ, ਕੋਈ ਖਾਸ ਕਰਮ ਨਹੀਂ ਕੀਤਾ ਉਹਨਾਂ ਨੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਉਹਨੂੰ ਸਿਮਰਦੇ ਸਿਮਰਦੇ ਸੁਭਾਵਿਕ ਹੀ ਕਹਿੰਦੇ ਇਸ ਤਰ੍ਹਾਂ ਬਾਣੀ ਨੂੰ ਪੜ੍ਹਦੇ ਵਿਚਾਰਦੇ ਤੇਰੇ ਵਿੱਚ ਜਾ ਸਮਾਏ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਹੇ ਪ੍ਰਭੂ ਜੀ, ਤੁਸੀਂ ਆਪ ਹੀ ਕਰਤਾ ਹੋ, ਇਹ ਸਭ ਕੁਝ ਤੇਰਾ ਕੀਤਾ ਹੋ ਰਿਹਾ। ਤੁਝ ਬਿਨ ਦੂਜਾ ਅਵਰ ਨਾ ਕੋਏ, ਤੁਹਾਡੇ ਤੋਂ ਬਿਨਾਂ ਹੋਰ ਦੂਜਾ ਹੈ ਹੀ ਨਹੀਂ, ਕਰ ਹੀ ਨਹੀਂ ਸਕਦਾ ਕੋਈ। ਇਹ ਤੂੰ ਕਰ ਕਰ ਵੇਖੈ ਜਾਣਾ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇਹ ਪ੍ਰਭੂ ਜੀ, ਤੁਸੀਂ ਕਰ ਕਰਕੇ ਸੰਸਾਰ ਨੂੰ ਬਣਾ ਕੇ ਫਿਰ ਵੇਖ ਵੀ ਰਹੇ ਹੋ, ਪਰ ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਜਿਹੜੇ ਤੇਰੇ ਜਨ ਨੇ। ਚੌਥੇ ਪਾਤਸ਼ਾਹ ਮਾ ਕਹਿੰਦੇ ਗੁਰਮੁਖ ਪ੍ਰਗਟ ਹੋਏ, ਗੁਰੂ ਦੇ ਅਨੁਸਾਰੀ ਹੋ ਕੇ ਜਿਹੜੇ ਚੱਲੇ ਉਹਨਾਂ ਅੰਦਰ ਫਿਰ ਤੂੰ ਪ੍ਰਗਟ ਹੋ ਗਿਆ, ਪ੍ਰਤੱਖ ਤੌਰ 'ਤੇ ਨਜ਼ਰ ਆਇਆ ਉਹਨਾਂ ਨੂੰ, ਸਮਝ ਗਏ, ਤੈਨੂੰ ਜਾਣ ਲਿਆ ਉਹਨਾਂ ਨੇ, ਉਹ ਤੈਨੂੰ ਪਹਿਚਾਣ ਗਏ। ਉਹਨਾਂ ਦਾ ਜਨਮ ਜਿਹੜਾ ਸੀ ਉਹ ਜਿਉਂਦੇ ਜੀ ਸਫਲ ਕਰਕੇ ਗਏ ਨੇ, ਉਹ ਪ੍ਰਗਟ ਹੋ ਕੇ, ਪ੍ਰਤੱਖ ਹੋ ਕੇ ਸੰਸਾਰ ਤੋਂ। ਪ੍ਰਤੱਖ ਹੋਣ ਦਾ ਮਤਲਬ ਹੁੰਦਾ, ਪ੍ਰਗਟ ਹੋ ਕੇ ਜਾਣ ਦਾ ਮਤਲਬ ਹੁੰਦਾ ਕਿ ਫਿਰ ਉਹ ਨੀਵੀਆਂ ਪਾ ਕੇ ਨਹੀਂ ਗਏ ਤੇਰੇ ਦਰ 'ਤੇ, ਉਹ ਡੰਕੇ ਦੀ ਚੋਟ ਨਾਲ ਤੇਰੇ ਦਰ 'ਤੇ ਸਿਰ ਉੱਚਾ ਕਰਕੇ ਇੱਜ਼ਤ ਨਾਲ ਮਾਣ ਨਾਲ ਗਏ ਨੇ।
ਹਾਂਜੀ ਇੱਕ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਰਾਗ ਆਸਾ ਘਰ ਦੂਜਾ ਮਹਲਾ ਚੌਥਾ ਮਹਲਾ ਚੌਥਾ ਕਿਸ ਹੀ ਧੜਾ ਕੀਆ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਮਿੱਤਰ ਸੁਤ ਨਾਲ ਭਾਈ ਕਿਸ ਹੀ ਧੜਾ ਕੀਆ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕੁੜਮ ਸਕੇ ਨਾਲ ਜਵਾਈ ਕਿਸ ਹੀ ਧੜਾ ਕੀਆ ਕਿਸ ਹੀ ਧੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਮਾਰਾ ਧੜਾ ਹਰ ਰਹਿਆ ਸਮਾਈ ਮਾਰਾ ਧੜਾ ਹਰ ਰਹਿਆ ਸਮਾਈ ਹਮ ਹਰ ਸਿਉ ਧੜਾ ਕੀਆ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੇਰੀ ਹਰ ਟੇਕ ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ ਹਾਂ ਹਰ ਗੁਣ ਗਾਵਾਂ ਅਸੰਖ ਅਨੇਕ ਹਾਂ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਉ ਧੜੇ ਕਰੈ ਸੇ ਜਾਹੇ ਜਿਨ ਸਿਉ ਧੜੇ ਕਰੈ ਸਿਉ ਜਾਏ ਝੂਠ ਧੜੇ ਕਰ ਪੁੱਛੋ ਤਾਹੇ ਝੂਠ ਧੜੇ ਕਰ ਪੁੱਛੋ ਤਾਹੇ ਥਿਰ ਨਾ ਰਹੇ ਮਨ ਖੋਟ ਕਮਾਹੇ ਥਿਰ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਉ ਧੜਾ ਕੀਆ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਜਿਸਦਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੁਜੈ ਗਾਵਾਰੀ ਮਾਇਆ ਕੋ ਲੁਜੈ ਗਾਵਾਰੀ ਜਨਮ ਮਰਹਿ ਜੁਐ ਬਾਜੀ ਹਰੀ ਜਨਮ ਮਰੈ ਜੁਐ ਬਾਜੀ ਹਰੀ ਹਮਰੈ ਹਰ ਧੜਾ ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮੈਂ ਧੜੇ ਪੰਚ ਚੋਰ ਚਗੜਾਏ ਕਲਯੁਗ ਮੈਂ ਧੜੇ ਪੰਚ ਚੋਰ ਚਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਧੜਾ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਇਹ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਮਿਥਿਆ ਦੂਜਾ ਭਾਉ ਧੜੇ ਬੈ ਪਾਵੈ ਪਾਇਆ ਪਰਾਇਆ
ਸਿਦਰ ਅਟਕਲੈ, ਆਇਆ ਸਿਦਰ ਅਟਕਲੈ, ਆਪਣਾ ਅਹੰਕਾਰ ਵਧਾਵੈ, ਆਪਣਾ ਅਹੰਕਾਰ ਵਧਾਵੈ, ਜੈਸਾ ਬੀਜੈ ਤੈਸਾ ਖਾਵੈ, ਜੈਸਾ ਬੀਜੈ ਤੈਸਾ ਖਾਵੈ, ਨਾਨਕ ਕਾ ਹਰ ਧੜਾ ਧਰਮ, ਨਾਨਕ ਕਾ ਹਰ ਧੜਾ ਧਰਮ, ਸਭ ਸ੍ਰਿਸ਼ਟ ਜਿਨ ਆਵੈ, ਸਭ ਸ੍ਰਿਸ਼ਟ ਜਿਨ ਆਵੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਘਰ ਦੂਜਾ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਸ਼ਬਦ। ਕਿਉਂਕਿ ਆਪਾਂ ਵੇਖਦੇ ਹਾਂ ਕਿ ਸੰਸਾਰ ਧੜਿਆਂ 'ਚ ਵੰਡਿਆ ਹੋਇਆ, ਅਸੀਂ ਗੁਰੂ ਘਰਾਂ ਵਿੱਚ ਵੀ ਆਉਂਦੇ ਹਾਂ, ਉੱਥੇ ਅਸੀਂ ਗੁਰੂ ਨਾਲ ਜੁੜਨ ਲਈ ਆਉਂਦੇ ਹਾਂ, ਪਰ ਉੱਥੇ ਵੀ ਧੜੇ ਨੇ, ਧਾਰਮਿਕ ਖੇਤਰ ਵਿੱਚ ਵੀ ਧੜੇ ਹੋ ਗਏ, ਜਿਨ੍ਹਾਂ ਕਰਕੇ ਆਪਾਂ ਸੁਣਦੇ ਹਾਂ ਰੋਜ਼ ਕਿ ਦੋ ਧੜਿਆਂ ਵਿੱਚ ਲੜਾਈ ਹੋ ਗਈ, ਅਤੇ ਅੰਦਰ ਵੀ ਸਾਡੇ ਧੜੇ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਉਹ ਆਪਣੀ ਫੌਜ ਲਈ ਫਿਰਦੇ ਨੇ, ਸਤ ਸੰਤੋਖ ਦਇਆ ਧਰਮ ਸਹਿਜ ਉਹ ਆਪਣੀ ਫੌਜ ਲਈ ਫਿਰਦੇ ਨੇ। ਹੁਣ ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਫਿਰ ਧੜਾ ਅਸੀਂ ਕਿਹਦੇ ਨਾਲ ਕਰ ਲਿਆ, ਅਸੀਂ ਪੱਖ ਕਿਹਦਾ ਕੀਤਾ, ਅਸੀਂ ਕਿਹਦੇ ਵਿੱਚ ਜਾ ਰਲੇ, ਅਸੀਂ ਤਾਂ ਸਾਹਿਬ ਨਾਲ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਜਦੋਂ ਉਹ ਵੱਲ ਹੈ ਦੁਨੀਆਂ ਤੂੰ ਕੀ ਲੈਣਾ। ਫਿਰ ਇੱਥੇ ਹੁਣ ਮਹਾਰਾਜ ਸਮਝਾਉਂਦੇ ਕਿਸੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸੀ ਧੜਾ ਕੀ ਆ ਕੁੜਮ ਸਕੇ ਨਾਲ ਜਵਾਈ। ਕਈਆਂ ਨੇ ਧੜਾ ਕਰ ਲਿਆ, ਆਸ ਰੱਖ ਲਈ ਕਿ ਮੇਰੇ ਮਿੱਤਰ ਬੜੇ ਨੇ, ਸੁੱਤ ਭਰਾ ਪੁੱਤਰ ਬੜੇ ਨੇ, ਭਰਾ ਨੇ, ਕਿਸੀ ਧੜਾ ਕੀ ਆ ਕੁੜਮ ਸਕੇ ਨਾਲ ਜਵਾਈ, ਕਿ ਸਾਡੇ ਕੁੜਮ ਤਕੜੇ ਨੇ, ਜਵਾਈ ਤਕੜਾ। ਕਿਸੀ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਆਪਣੇ ਸਵਾਰਥ ਲਈ ਕਈਆਂ ਨੇ ਫਿਰ ਸਿਕਦਾਰ ਸਰਦਾਰ ਚੌਧਰੀ ਪੰਚ ਸਰਪੰਚ ਜਾਂ ਅੱਜ ਦੀ ਭਾਸ਼ਾ 'ਚ ਕਹੀਏ ਕਿ MLA ਵਜ਼ੀਰ ਉਹਨਾਂ ਨਾਲ ਕਿ ਸਾਡੀ ਉਹਨਾਂ ਨਾਲ ਬਣ ਜਾਏ, ਸ਼ਾਇਦ ਮੇਰਾ ਕੋਈ ਸਵਾਰਥ ਪੂਰਾ ਹੋ ਜਾਏ। ਜਿਹੜੇ ਧੜੇ ਬਣਦੇ ਨੇ ਇਹ ਸਿਰਫ ਹੁੰਦੇ ਆਪਣੇ ਸਵਾਰਥ ਲਈ ਹੋਏ ਨੇ। ਹਮਾਰਾ ਧੜਾ ਹਰ ਰਿਹਾ ਸਮਾਈ, ਅਤੇ ਮਹਾਰਾਜ ਆਪਣਾ ਫੈਸਲਾ ਦਿੰਦੇ ਨੇ, ਕਹਿੰਦੇ ਭਾਈ ਸਾਡਾ ਧੜਾ ਤੇ ਉਹ ਹਰੀ ਹੈ, ਸਾਡਾ ਤੇ ਉਹਦੇ ਵੱਲ ਪੱਖ ਹੈ, ਸਾਡੀ ਆਸ ਤੇ ਉਹਦੇ ਤੇ ਹੈ ਜਿਹੜਾ ਕਿ ਹਰ ਜਗ੍ਹਾ ਸਮਾਇਆ ਹੋਇਆ, ਉਹ ਵਾਹਿਗੁਰੂ ਅਕਾਲ ਪੁਰਖ। ਤਾਂ ਹੀ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ ਆਪਾਂ, ਇਹ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ। ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾ ਮਾਇਆ ਸੰਖ ਅਨੇਕ। ਰਹਾਉ ਰਹਾਉ ਦੀ ਇਸ ਪੰਕਤੀ ਵਿੱਚ ਮਹਾਰਾਜ ਨੇ ਗੱਲ ਕਲੀਅਰ ਕੀਤੀ ਕਿ ਹਮ ਹਰ ਸਿਓ ਧੜਾ ਕੀਆ, ਭਾਈ ਸਾਡਾ ਧੜਾ ਤੇ ਉਸ ਪਰਮਾਤਮਾ ਨਾਲ ਹੈ, ਸਾਡੀ ਆਸ ਸਾਡਾ ਪੱਖ ਉਹ ਵਾਹਿਗੁਰੂ ਅਕਾਲ ਪੁਰਖ ਪੂਰਦਾ ਹੈ, ਮੇਰੀ ਤੇ ਉਹਦੇ ਤੇ ਟੇਕ ਹੈ, ਉਸ ਹਰੀ ਤੇ ਉਹਦੇ ਤੇ ਆਸਰਾ ਹੈ। ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਮੇਰਾ ਉਹਦੇ ਤੋਂ ਬਿਨਾਂ ਹੋਰ ਕਿਸੇ ਪੱਖ ਵੱਲ ਕੋਈ ਧੜਾ ਨਹੀਂ ਹੈ, ਮੇਰੀ ਹੋਰ ਕੋਈ ਪਾਰਟੀ ਨਹੀਂ ਹੈ। ਹਉ ਹਰ ਗੁਣ ਗਾਵਾਂ ਅਸੰਖ ਅਨੇਕ, ਮੈਂ ਤੇ ਹਮੇਸ਼ਾ ਹੀ ਉਹਦੇ ਗੁਣ ਗਾਉਂਦਾ ਰਹਿੰਦਾ ਜਿਹੜੇ ਕਿ ਅਸੰਖ ਨੇ ਅਨੇਕ ਨੇ।
ਕਿਉਂਕਿ ਅਸੀਂ ਫਿਰ ਵੇਖਦੇ ਹਾਂ ਨਾ ਸਾਡਾ, ਅਸੀਂ ਜਿਹਦੇ ਵੱਲ ਪੱਖ ਪੂਰਦੇ ਹਾਂ, ਜਿਹਦੇ ਵੱਲ ਅਸੀਂ ਫਿਰ ਉਸ ਲੀਡਰਾਂ ਦੇ ਉਹਨਾਂ ਬੰਦਿਆਂ ਦੇ ਗੁਣ ਗਾਉਂਦੇ ਰਹਿੰਦੇ ਹਾਂ, ਅਤੇ ਜਦੋਂ ਫਿਰ ਟੁੱਟ ਜਾਂਦੀ ਫਿਰ ਦੂਜਾ ਪਾਸਾ ਹੋ ਜਾਂਦਾ। ਪਰ ਇੱਥੇ ਮਾਰੇ ਕਹਿੰਦੇ ਨਹੀਂ, ਮੇਰੀ ਤਾਂ ਉਸ ਮਾਲਕ ਵਾਲੀ ਟੇਕ ਹੈ। ਰਹਾਉ ਜਿਨ ਸਿਉਂ ਧੜੇ ਕਰੈਂ ਸੇ ਜਾਹੇ, ਝੂਠ ਧੜੇ ਕਰ ਪੱਛੋ ਤਾਹੇ। ਜਿਨ੍ਹਾਂ ਨਾਲ ਧੜੇ ਕੀਤੇ ਸਨ ਕਿਹਨੂੰ ਤਾਂ ਚਲੇ ਗਏ, ਅੱਜ ਹੈ ਕੱਲ੍ਹ ਨੂੰ ਨਹੀਂ ਰਹਿਣਗੇ। ਝੂਠੇ ਧੜੇ ਕਰਕੇ ਝੂਠੇ ਆਸਾਂ ਲਾ ਕੇ ਕਹਿੰਦੇ ਫਿਰ ਪਛਤਾਵਾ ਪੱਲੇ ਪਿਆ। ਮਗਰ ਐਸਾ ਕੰਮ ਮੂਲੇ ਨਾ ਕੀਚੈ, ਜੇ ਅੰਤ ਪੱਛੋਂ ਤਾਈ ਹੈ। ਉਹ ਫਿਰ ਪਛਤਾਵਾ ਰਿਹਾ ਕਿ ਸਾਰੀ ਜ਼ਿੰਦਗੀ ਜਿਹਦੇ ਲਈ ਕਰਦੇ ਰਹੇ ਉਹਦੇ ਕੋਲੋਂ ਸਵਾਰਥ ਪੂਰਾ ਨਾ ਹੋਇਆ। ਅਤੇ ਮੁੜ ਕੇ ਫਿਰ ਅਸੀਂ ਵੇਖਦੇ ਹਾਂ ਕਿ ਲੋਕ ਫਿਰ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ ਸਾਰੀ ਉਮਰ, ਵੀ ਮੈਂ ਆਪਣੀ ਸਾਰੀ ਜ਼ਿੰਦਗੀ ਗਾਲਤੀ ਜੀ ਉਹਨਾਂ ਪਿੱਛੇ। ਸਥਿਰ ਨਾ ਰਹਿ ਮਨ ਖੋਟ ਕਮਾਹੇ, ਕਹਿੰਦੇ ਸਥਿਰ ਨਹੀਂ ਰਹਿੰਦੇ ਇਸ ਕਰਕੇ ਮਨ ਵਿੱਚ ਖੋਟ ਕਮਾਉਂਦੇ ਨੇ ਝੂਠ। ਹਮ ਹਰ ਸਿਉਂ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾ ਹੈ। ਅਤੇ ਨਾਲ ਦੀ ਨਾਲ ਆਪਣਾ ਫੈਸਲਾ ਵੀ ਦੇਈ ਜਾਂਦੇ ਨੇ ਚੌਥੇ ਪਾਤਸ਼ਾਹ, ਕਹਿੰਦੇ ਭਾਈ ਸਾਡਾ ਧੜਾ ਤੇ ਉਸ ਵਾਹਿਗੁਰੂ ਕਾਲ ਪੁਰਖ ਨਾਲ ਹੈ ਜਿਹਦੇ ਬਰਾਬਰ ਦੁਨੀਆਂ 'ਤੇ ਹੈ ਕੋਈ ਨਹੀਂ ਹੋਰ। ਕਿਉਂਕਿ ਕਹਿੰਦੇ ਅਸੀਂ ਉਹ ਪਾਰਟੀ ਜੁਆਇਨ ਕਰਦੇ ਹਾਂ ਜਿਹੜੀ ਰੂਲ 'ਚ ਹੁੰਦੀ, ਕਿਉਂਕਿ ਚਲਤੀ ਕਾ ਨਾਮ ਗਾਡੀ ਹੈ, ਚੜ੍ਹਦੇ ਸੂਰਜ ਨੂੰ ਸਲਾਮ ਹੈ, ਛੁਪਦੇ ਨੂੰ ਕੋਈ ਨਹੀਂ ਕਰਦਾ। ਪਰ ਜਿਹੜਾ ਹਮੇਸ਼ਾ ਹੀ ਚੜਿਆ ਰਹਿਣਾ ਜੀ ਨੇ, ਉਹ ਤਾਂ ਇੱਕੋ ਹੀ ਹੈ, ਉਹ ਵਾਹਿਗੁਰੂ ਅਕਾਲ ਪੁਰਖ ਹੈ। ਇਸ ਕਰਕੇ ਅਸੀਂ ਤਾਂ ਉਹਦੇ ਨਾਲ ਪ੍ਰੀਤ ਜੋੜੀ ਹੈ। ਮਾਰੇ ਕਹਿੰਦੇ ਜਿਹਦੇ ਬਰਾਬਰ ਹੋਰ ਦੁਨੀਆਂ 'ਤੇ ਹੈ ਹੀ ਕੋਈ ਨਹੀਂ। ਇਹ ਸਭ ਧੜੇ ਮਾਇਆ ਮੋਹ ਪਸਾਰੀ, ਮਾਇਆ ਕੋਲੂ ਜੈਂਗਾ ਵਾਰੀ। ਕਹਿੰਦੇ ਦੁਨੀਆਂ ਦੇ ਜਿੰਨੇ ਧੜੇ ਨੇ ਇਹ ਮਾਇਆ ਮੋਹ ਦਾ ਪਸਾਰਾ, ਅਤੇ ਮਾਇਆ ਦੀ ਖਾਤਰ ਹੀ ਲੂਝਦੇ ਨੇ, ਮਾਇਆ ਦੀ ਖਾਤਰ ਲੜਦੇ ਭਿੜਦੇ ਪਏ ਨੇ। ਜਨਮ ਮਰੈ ਜੂਆ ਬਾਜੀ ਹਾਰੀ, ਜੰਮਦੇ ਨੇ ਮਰਦੇ ਨੇ ਅਤੇ ਮਨੁੱਖਾ ਜਨਮ ਲੈ ਕੇ ਵੀ ਕਹਿੰਦੇ ਇਹ ਬਾਜੀ ਨੂੰ ਜਨਮ ਨੂੰ ਹਾਰ ਕੇ ਜਾਂਦੇ ਨੇ। ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ, ਅਸੀਂ ਤਾਂ ਉਹਦੇ ਨਾਲ ਧੜਾ ਕਰ ਲਿਆ ਜਿਹਨੇ ਲੋਕ ਅਤੇ ਪ੍ਰਲੋਕ ਦੋਵੇਂ ਸਵਾਰ ਦਿੱਤੇ। ਕਲ ਯੁਗ ਮੈਂ ਧੜੇ ਪੰਜ ਚੋਰ ਚੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਇਹ ਕਲਯੁਗ ਦੇ ਵਿੱਚ ਇਸ ਸਮੇਂ ਦੇ ਵਿੱਚ ਮਗਰ ਇਹ ਪੰਜ ਚੋਰ ਆਪਸ ਵਿੱਚ ਝਗੜਦੇ ਪਏ ਨੇ, ਕੋਈ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ, ਹੰਕਾਰ ਕਰਕੇ। ਜਿਸ ਨੂੰ ਕਿਰਪਾ ਕਰੇ ਤੇ ਸਤਸੰਗ ਮਿਲਾਏ, ਪਰ ਫਿਰ ਜਿਨ੍ਹਾਂ ਉੱਤੇ ਕਿਰਪਾ ਕਰਦਾ ਉਹਨਾਂ ਨੂੰ ਸਤਸੰਗ ਵਿੱਚ ਲੈ ਆਉਂਦਾ, ਉਹਨਾਂ ਨੂੰ ਮਿਲਾ ਲੈਂਦਾ। ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ, ਕਹਿੰਦੇ ਸਾਡਾ ਧੜਾ ਉਹ ਹੈ, ਸਾਡਾ ਪੱਖ ਉਹ ਹੈ ਜਿਹਨੇ ਇਹ ਸਾਰੇ ਹੀ ਗਵਾ ਦਿੱਤੇ, ਨਾ ਉਹਨਾਂ ਅੰਦਰ ਕਾਮ ਦਾ ਧੜਾ, ਨਾ ਕ੍ਰੋਧ ਦਾ, ਨਾ ਲੋਭ ਦਾ, ਨਾ ਮੋਹ ਦਾ, ਨਾ ਹੰਕਾਰ ਦਾ, ਅਸੀਂ ਉਸ ਪਰਮਾਤਮਾ ਨਾਲ ਜਾ ਜੁੜੇ। ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ, ਪਰਾਇਆ ਛਿੱਦਰ ਅਟਕ ਲੈ ਆਪਣਾ ਹੰਕਾਰ ਵਧਾਵੈ। ਕਹਿੰਦੇ ਵੇਖੋ ਝੂਠ ਦਾ ਧੜਾ ਦੂਜੇ ਭਾਉ ਵਿੱਚ ਪਰਮਾਤਮਾ ਨੂੰ ਛੱਡ ਕੇ ਹੋਰ ਪ੍ਰੇਮ ਵਿੱਚ ਫਸਿਆ ਹੋਇਆ ਬਹਿ ਕੇ ਉਸ ਧੜੇ ਨੂੰ ਪ੍ਰਾਪਤ ਕਰਦਾ ਤੇ ਉੱਥੇ ਬੈਠਾ ਕੀ ਕਰੀ ਜਾਂਦਾ ਮਨੁੱਖ। ਪਰਾਇਆ ਛਿੱਦਰ ਅਟਕ ਲੈ, ਜਿਹੜੇ ਪਰਾਏ ਨੁਕਸ ਕੱਢਣੇ ਦੂਜਿਆਂ ਦੇ ਔਗੁਣ ਵੇਖ ਵੇਖ ਕੇ ਉਹਨਾਂ ਨੂੰ ਜਾਚਦਾ ਰਹਿੰਦਾ, ਵੇਖੋ ਕਿ ਉਹਦੇ 'ਚ ਆਹ ਔਗਣ ਹੈ, ਉਹਦੇ ਵਿੱਚ ਇਹ ਔਗਣ ਹੈ, ਅਤੇ ਇਸ ਤਰ੍ਹਾਂ ਫਿਰ ਆਪਣਾ ਵੀ ਹੰਕਾਰ ਵਧਾਈ ਜਾਂਦਾ ਨਾਲ ਕਿ ਵੇਖਿਆ ਮੈਂ ਉਹਦੇ 'ਚ ਇੰਨੇ ਔਗੁਣ ਕੱਢ ਦਿੱਤੇ, ਮੈਂ ਉਹਦੇ 'ਚ ਇੰਨੇ ਔਗੁਣ ਕੱਢ ਦਿੱਤੇ। ਕਹਿੰਦੇ ਵੇਖੋ ਇਸ ਤਰ੍ਹਾਂ ਕਰਕੇ ਆਪਣਾ ਹੰਕਾਰ ਵਧਾ ਬੈਠਾ। ਜੈਸਾ ਬੀਜਾ ਤੈਸਾ ਖਾਵੈ, ਅਤੇ ਮਹਾਰਾਜ ਨਾਲ ਹੀ ਦੱਸਦੇ ਕਹਿੰਦੇ ਜੈਸਾ ਬੀਜਾ, ਜਿਹੋ ਜਿਹਾ ਬੀਜ ਦਾ ਖਾ ਲੈਂਦਾ ਫਿਰ ਭਾਈ।
ਜਿਨ ਨਾਨਕ ਜਨ ਨਾਨਕ ਕਾ ਹਰ ਧੜਾ ਧਰਮ। ਕਹਿੰਦੇ ਸਾਡਾ ਤਾਂ ਧੜਾ ਧਰਮ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾਂ ਝੋਲੀਏ। ਅਸੀਂ ਤਾਂ ਉਸ ਧਰਮ ਨੂੰ ਧੜਾ ਬਣਾ ਲਿਆ। ਧਰਮ ਦਾ ਮਤਲਬ ਹੁੰਦਾ ਸੱਚ, ਮਰਿਆਦਾ। ਸਭ ਸ੍ਰਿਸ਼ਟ ਜਿਣ ਆਵੈ, ਕਹਿੰਦੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਜਿੱਤ ਪ੍ਰਾਪਤ ਕਰ ਲੈਂਦਾ। ਅਸੀਂ ਤੇ ਧਰਮ ਦੇ ਧੜੇ ਵੱਲ ਹੋ ਗਏ, ਹੁਣ ਅਸੀਂ ਧਰਮ ਨਾਲ ਜੁੜ ਗਏ, ਸਹੀ ਮਨ ਵਿੱਚ ਧਰਮ ਦਾ ਮਾਰਗ ਅਪਣਾ ਲਿਆ। ਉਸ ਪਰਮਾਤਮਾ ਨੂੰ ਮਿਲਣ ਵਾਸਤੇ ਜੋ ਰਸਤਾ ਸਾਨੂੰ ਗੁਰੂ ਨੇ ਦਿੱਤਾ, ਹੁਣ ਸਾਡਾ ਧੜਾ ਇੱਧਰ ਨੂੰ ਹੋ ਗਿਆ। ਸਾਡਾ ਧੜਾ ਸੱਤ ਸੰਤੋਖ ਦਇਆ ਧਰਮ ਸਹਿਜ ਹੋ ਗਏ। ਇਸ ਕਰਕੇ ਇਸ ਧੜੇ ਨਾਲ ਮਨ ਤੇ ਜਿੱਤਣਾ ਹੀ ਜਿੱਤਣਾ, ਕਹਿੰਦੇ ਸੰਸਾਰ ਨੂੰ ਜਿੱਤ ਲੈਂਦਾ ਬੰਦਾ ਸਹੀ ਮਨ ਵਿੱਚ। ਤੇ ਆਓ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।